ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਠਾਕ ਹੋ? ਖੈਰ ਕੀ ਹੈ? ਅਤੇ ਇਹ ਮੈਂ ਗੱਡੀ ਇੱਕ ਤਿਆਰ ਕੀਤੀ ਹੈ, ਚੈੱਕ ਕਰੋ। ਇਹ 375 ਤਿਆਰ ਹੋਇਆ ਜੀ, ਚੈੱਕ ਕਰ ਲਓ। ਠੀਕ ਹੋ ਗਿਆ। ਇਹ ਹੈਗਾ ਜੀ 99 ਮਾਡਲ ਗੱਡੀ ਹੈ, 375 99 ਮਾਡਲ, ਪੁਰਾਣਾ ਮਾਡਲ, 375 99 ਮਾਡਲ। ਠੀਕ ਹੋ ਗਿਆ ਜੀ, ਇਹ ਗੱਡੀ ਚੈੱਕ ਕਰ ਲਓ। ਗੱਡੀ ਤਿਆਰ ਕੀਤੀ ਸੋਹਣੀ, ਅਤੇ 99 ਮਾਡਲ ਗੱਡੀ ਜੇ, ਅਤੇ ਗੱਡੀ ਵੇਖ ਲਵੋ ਜਰਾ। ਇਹਦੇ ਕੋਲੋਂ 75,000 ਰੁਪਈਆ ਲਿਆ ਗੱਡੀ ਤਿਆਰ ਕਰਨ ਦਾ, ਆਉਣ ਜਾਣ ਦਾ ਕਿਰਾਇਆ ਇਹਦਾ ਸੀ। ਪਸਰੂਰ ਆਇਆ ਵਾਂ ਕਿਲ੍ਹਾ ਅਹਿਮਦਾਬਾਦ। ਠੀਕ ਹੋ ਗਿਆ, ਆ ਗੱਡੀ ਵੇਖ ਲਓ, 75,000 ਰੁਪਈਆ ਇਹਦੇ ਕੋਲ ਲਿਆ ਅਤੇ ਆਉਣ ਲੱਗਿਆ। ਹੁਣ ਜਾਣ ਲੱਗਾ ਮੈਂ, ਤਿਆਰੀ ਕਰ ਲਈ ਇਹਦੀ, ਅਤੇ ਹੁਣ ਮੈਂ ਚੱਲਿਆ ਹਾਂ ਅਤੇ ਜਾਣ ਲੱਗਿਆ ਮੈਨੂੰ ਨਾ ਕਣਕ ਦੇ 2 ਤੋੜੇ ਇਹਨਾਂ ਨੇ ਆਖਿਆ ਵੀ ਯਾਰ ਤੂੰ ਸਾਡੇ ਲਤੋਫਾ ਲਈ ਜਾਣਾ, ਪੈਸੇ ਪੂਸੇ ਵੀ ਇਹਨਾਂ ਪੂਰੇ ਮੈਨੂੰ ਦੇ ਦਿੱਤੇ ਨੇ। ਅਤੇ ਅੱਲਾ ਦੀ ਮਿਹਰਬਾਨੀ ਨਾਲ ਕਰਾਇਆ ਪਾੜਾ ਸਾਰਾ ਦੇ ਦੂਕ। ਉਹਨੇ ਆਖਿਆ ਸਾਲ ਖੁਸ਼ ਹੈ ਸਾਡੇ ਤੋਂ, ਕੋਈ ਨਾਰਾਜ਼ਗੀ? ਮੈਂ ਨਹੀਂ। ਉਹਨੇ ਆਖਿਆ ਫਿਰ ਕਣਕ ਦੇ 2 ਤੋੜੇ ਨੇ, ਇਹ ਸਾਡੇ ਲਤੋਫਾ ਤੈਨੂੰ। ਠੀਕ ਹੋ ਗਿਆ, ਚਲੋ ਸਾਡੀ ਤਾਂ ਆਪਣੀ ਲੱਗੀ, ਅਤੇ ਤੇਰੀ ਕਿਹੜੀ ਲੱਗੀ ਹੈ? ਆ ਸਾਡੇ ਲਤੋਫਾ ਅਤੇ ਆ ਬੱਚਿਆਂ ਨੂੰ ਜਾ ਕੇ ਖਵਾਈ। ਕੀ ਇੱਕ ਚੰਗੇ ਬੰਦੇ ਜਿਹੜੇ ਹੁੰਦੇ ਨੇ ਨਾ, ਚੰਗੇ ਨਸਲੀ ਬੰਦੇ ਜਿਹੜੇ ਹੁੰਦੇ ਨੇ, ਉਹ ਬੰਦੇ ਦੀ ਦੀਦ ਕਰਦੇ ਨੇ ਆਉਣ ਵਾਲੇ ਦੀ। ਠੀਕ ਹੋ ਗਿਆ, ਇਹ ਦੁਨੀਆਂ ਦਾ ਮਾਲ ਇੱਥੇ ਰਹਿ ਜਾਣਾ। ਠੀਕ ਹੋ ਗਿਆ, ਜਿਹਨੂੰ ਮੇਰੇ ਮੌਲਾ ਨੇ ਦਿੱਤਾ ਹੈ ਨਾ, ਉਹ ਅਗਾਂ ਵੀ ਧਿਆਨ ਕਿਸੇ 'ਤੇ ਕਰਦਾ ਕਿ ਲੈ, ਕਿਉਂਕਿ ਉਹਨੂੰ ਪਤਾ ਕਿ ਸਾਰਾ ਕੰਮ ਮੌਲਾ ਦਾ। ਮੌਲਾ ਨੇ ਮੈਨੂੰ ਦਿੱਤਾ ਅਤੇ ਮੈਂ ਅਗਾਂ ਦੇ ਦੇਵਾਂਗਾ, ਤਾਂ ਸ਼ਾਇਦ ਮੇਰਾ ਮੌਲਾ ਜਿਹੜਾ ਰਾਜ਼ੀ ਹੋਵੇ। ਅਸੀਂ ਵੀ ਉਹਦਾ ਕੰਮ ਇੰਝ ਹੀ ਕੀਤਾ ਅਗਰ ਰਾਜ਼ੀ ਹੋ ਕੇ। ਕੰਮ ਦੇ ਵਿੱਚ ਅੱਲਾ ਦੀ ਮਿਹਰਬਾਨੀ ਨਾਲ ਕਿਸੇ ਕਿਸਮ ਦਾ ਨਾ ਨੁਕਸ ਨਹੀਂ ਛੱਡਿਆ। ਵੇਖ ਲਓ, ਗੱਡੀ ਪਤਾ ਲੱਗ ਜਾਵੇ ਤਾਂ ਟਾਇਰਾਂ ਤੋਂ ਲੱਗ ਜਾਵੇ, ਨਹੀਂ ਤਾਂ ਉਂਝ ਗੱਡੀ ਦਾ ਪਤਾ ਨਹੀਂ ਲੱਗਿਆ ਦਿੰਦੇ ਪਾ। ਵੇਖ ਲਓ, ਕਿਸੇ ਪਾਸੇ ਕੋਈ ਦਾਗ ਥੱਪਾ, ਕੋਈ ਕਿਸੇ ਮੱਖੀ ਜਿੰਨਾ ਵੀ ਦਾਗ ਨਹੀਂ ਹੈਗਾ। ਵੇਖ ਲਓ, ਫਿਰ ਇਹਦੀ ਚਮਕ ਵੇਖ ਲਓ, ਨਾਨਵੇਂ ਮਾਡਲ ਗੱਡੀ ਜੇ, ਇਹਦੀ ਕੰਡੀਸ਼ਨ ਚੈੱਕ ਕਰ ਲਵੋ। 2024 ਮਾਡਲ ਨੂੰ ਪਿਛਾਂ ਕਰਦੀ ਜੇ ਵੇਖ ਲਵੋ। ਅਤੇ ਮੈਂ ਇਹ ਇਸੇ ਰੰਗ 'ਚ ਹੀ, ਜਿਹੜਾ ਇਹਦਾ ਮਾਡਲ ਦਾ ਰੰਗ ਹੈ ਨਾ, ਉਸ ਮਾਡਲ ਦੇ ਰੰਗ 'ਚ ਇਹਨੂੰ ਤਿਆਰ ਕੀਤਾ, ਨਵੇਂ ਮਾਡਲ 'ਚ ਨਹੀਂ ਤਿਆਰ ਕੀਤਾ। ਇਹ ਜਿਸ ਗੱਡੀ ਦਾ ਰੰਗ ਹੈਗਾ ਨਾ, ਉਸ ਰੰਗ ਦੇ ਵਿੱਚ ਗੱਡੀ ਤਿਆਰ ਹੋਈ ਜੇ, ਅਤੇ ਸੋਹਣੀ ਗੱਡੀ ਤਿਆਰ ਹੋਈ ਹੈ। ਗੱਡੀ ਦੇ ਵਿੱਚ ਵੇਖ ਲਓ ਨੁਕਸ ਕੋਈ ਜਾਏਗਾ, ਸ਼ੋ ਮਗਰਾਟ ਇਹਦੇ ਰੰਗ ਹੋਏ ਨੇ, ਚੇਸੀ ਮੁਕੰਬਲ ਰੰਗ ਹੋਈ, ਚਾਰੇ ਵੀਲ ਮੁਕੰਬਲ ਰੰਗ ਹੋਏ ਨੇ, ਕਾਲਾ ਰੰਗ ਮੁਕੰਬਲ ਹੋਇਆ ਜੀ। ਠੀਕ ਹੋ ਗਿਆ, ਇਹਦਾ ਕਿੱਲ ਕਾਬਲਾ ਜਿੰਨਾ ਹੈ ਸਾਰਾ ਨਿਕਲ ਪਾਲਿਸ਼ ਹੋਇਆ, ਸੋਹਣਾ। ਕੰਮ 'ਚ ਜੋ ਕੀਤਾ ਜੂਏ, ਅਤੇ ਕੰਮ ਦੀ ਕੀ ਜ਼ਰੂਰਤ ਕੰਮ ਮੂੰਹ ਨਾ ਬੋਲੇ।
ਉਹ ਪੈਸੇ ਤਾਂ ਲੱਗਦੇ ਰਹਿਣੇ ਨੇ ਅਤੇ ਕੰਮ ਤਾਂ ਇੱਕ ਵਾਰੀ ਕਰਵਾਓ, ਚਸ ਤਾਂ ਪੂਰੀ ਲਵੋ, ਵਾਕਈ ਯਾਰ ਕੰਮ ਹੋਇਆ। ਫਿਰ ਉੱਤੇ ਬੰਦਾ ਬੈਠਾ ਵੀ ਦੱਸਦਾ ਵਾਕਈ ਯਾਰ ਕੰਮ ਹੈ, ਅਤੇ ਸ਼ਰੀਕ ਵੀ ਦੂਰੋਂ ਦੂਰੋਂ ਬਹਿ ਕੇ ਵਹਿੰਦੇ ਨੇ ਵਾਕਈ ਯਾਰ ਨੇ ਰੁਪਈਏ ਲਾਏ ਨੇ, ਕਲੇਜਾ ਕੱਢਦੇ ਨੇ ਰੁਪਈਏ ਲੱਗੇ ਨੇ। ਵੇਖ ਨਾ 0306-4427-833 ਬਹੁ ਰੰਗ ਸਾਹਿਬ ਮਿਲਰ ਟਰੈਕਟਰ ਲਾਹੌਰ ਤੋਂ, ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਮੁਹੰਮਦ ਅਨਵਰ ਟਰੈਕਟਰ ਪੇਂਟ ਮੇਰਾ ਯੂਟਿਊਬ ਚੈਨਲ ਹੈ। ਜਿਹੜੇ ਬੇਦੀ ਆਉਂਦੇ ਨੇ ਨਾ ਤਸਵੀਰ ਸਾੜਦੇ ਅਤੇ ਇੰਜ ਕਰਦੇ, ਉਹ ਤਸਵੀਰ ਦੀ ਜਗ੍ਹਾ 'ਤੇ ਮੈਂ ਇਹ ਵਟਸਐਪ ਚਲਾਇਆ ਕਿ ਮੁਹੰਮਦ ਅਨਵਰ ਟਰੈਕਟਰ ਪੇਂਟ। ਇਹ ਹੈਗਾ ਯੂਟਿਊਬ ਚੈਨਲ, ਇਹਨੂੰ ਨਾਲੇ ਸਬਸਕ੍ਰਾਈਬ ਕਰੋ, ਨਾਲੇ ਇਹਨੂੰ ਲਾਈਕ ਕਰੋ, ਤੁਹਾਡੇ ਕੋਲ ਅੱਛੀ ਤੋਂ ਅੱਛੀ ਵੀਡੀਓ ਆਏਗੀ। ਠੀਕ ਹੋ ਗਿਆ, ਅਤੇ ਤੁਹਾਡੇ ਭਰਾਵਾਂ ਦੀ ਦੁਆਵਾਂ ਨਾਲ ਹੀ ਆਪਾਂ ਇਨਸ਼ਾਅੱਲਾ ਕੰਮ ਕਰਨੇ ਆ। ਅੱਲਾ ਨੂੰ ਹਾਜ਼ਰ ਨਾਜ਼ਰ ਰੱਖ ਕੇ ਮੇਰੇ ਅੱਲਾ ਦਾ ਕੰਮ ਹੈ। ਠੀਕ ਹੋ ਗਿਆ ਜੀ, ਤੁਸੀਂ ਦੁਆਵਾਂ ਕਰ ਛੱਡਿਆ ਕਰੋ ਇਨਸ਼ਾਅੱਲਾ, ਅਤੇ ਇਨਸ਼ਾਅੱਲਾ ਸਾਡੀ ਅੱਲਾ ਖੈਰ ਕਰੇ ਅਤੇ ਇਹ ਤੁਹਾਡੇ ਕੋਲ ਪਹੁੰਚਾਂ ਕਰਾਂਗੇ। ਜਦੋਂ ਜਿੱਥੇ ਦਿਲ ਚਾਹੇ ਉੱਥੇ ਆਵਾਂ ਕਰਾਂਗੇ, ਜਿੱਥੇ ਤੁਹਾਡਾ ਦਿਲ ਕਰੇ ਉੱਥੇ ਬੁਲਾਓ, ਅਸੀਂ ਇਨਸ਼ਾਅੱਲਾ ਪਹੁੰਚਣੇ। ਓਕੇ ਜੀ, ਰੱਬ ਰਾਖਾ ਵੀਰੋ।